ਕਹਿੰਦਾ ਇੱਕ ਮਿੰਟ ਮੈਂ ਗੱਡੀ ਬਾਹਰ ਕੱਢ ਲਵਾਂ ਫਿਰ ਤੁਹਾਡੇ ਨਾਲ ਗੱਲ ਕਰਦਾ ਅਤੇ ਉਹ ਗੱਡੀ ਭਜਾ ਕੇ ਲੈ ਗਏ ਬਾਹਰ ਤੇ ਉਹਨਾਂ ਨੇ ਅੰਦਰ ਝਾਤੀ ਮਾਰੀ ਜਾਲੀ ਵਾਲੇ ਦਰਵਾਜ਼ੇ ਚੋਂ ਤੇ ਬੋਡੀ ਸਾਹਮਣੇ ਨਜ਼ਰ ਆ ਰਹੀ ਸੀਗੀ ਲੁਧਿਆਣਾ ਦੇ ਹੰਬੜਾ ਰੋਡ ਸਥਿਤ ਮਯੂਰ ਕਲੋਨੀ ਦੇ ਵਿੱਚ ਅੱਜ ਤੜਕਸਾਰ ਮਾਹੌਲ ਉਸ ਵੇਲੇ ਸਹਿਮ ਗਿਆ ਜਦੋਂ ਇੱਕ ਪਰਿਵਾਰ ਦੇ 4 ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰਿਵਾਰ ਦਾ ਮੁਖੀ ਪ੍ਰਾਪਰਟੀ ਡੀਲਰ ਦੱਸਿਆ ਜਾ ਰਿਹਾ ਹੈ ਜੋ ਕਿ ਮੌਕੇ ਤੇ ਫਰਾਰ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਜੀਆਂ ਦਾ ਕਤਲ ਪਰਿਵਾਰ ਦੇ ਮੁਖੀ ਵੱਲੋਂ ਕੀਤਾ ਗਿਆ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਪਰਿਵਾਰ ਦੇ ਮੁਖੀ ਦਾ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਰੋਜ਼-ਰੋਜ਼ ਹੁੰਦੀ ਘਰੇਲੂ ਕਲਹਿ ਇਸ ਘਟਨਾਕ੍ਰਮ ਦੀ ਵਜ੍ਹਾ ਦੱਸੀ ਜਾ ਰਹੀ ਹੈ ਵਾਰਦਾਤ ਸਵੇਰੇ 6:15 ਵਜੇ ਦੀ ਹੈ ਹੱਤਿਆ ਤੋਂ ਬਾਅਦ ਰਾਜੀਵ ਸੁੰਡਾ ਫਰਾਰ ਹੋ ਗਿਆ ਅਤੇ ਉਸਦੀ ਕਾਰ ਜਲ ਕੇ ਰਾਖ ਹੋ ਗਈ ਹੈ ਗੁਆਂਢੀ ਰਾਜੀਵ ਵਿੱਚ ਦੇ ਅਨੁਸਾਰ ਜਦੋਂ ਉਹ ਘਰ ਪਹੁੰਚੇ ਤਾਂ ਘਰ ਦੇ ਫਰਸ਼ ਤੇ 2 ਲਾਸ਼ਾਂ ਅਤੇ 2 ਲਾਸ਼ਾਂ ਬੈੱਡ ਤੇ ਪਈਆਂ ਸਨ ਮੈਂ 6:32 ਤੇ ਬਾਹਰ ਆਇਆ ਸੀਗਾ ਤੇ ਬਾਹਰ ਮੈਂ ਆਪਣੀ ਗੱਡੀ ਦੇ ਵਿੱਚੋਂ ਅਸੀਂ ਬੈਡਮਿੰਟਨ ਖੇਡਦੇ ਸਮਾਨ ਕੱਢਣ ਲੱਗਾ ਸੀਗਾ ਜਦ ਨੂੰ ਉਹਨਾਂ ਦੇ ਘਰ ਦੇ ਅੱਗੇ 2 ਖੜੇ ਸੀ ਬੰਦੇ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਸਰ 1 ਮਿੰਟ ਇੱਧਰ ਆਓ ਮੈਂ ਕਿਹਾ ਦੱਸੋ ਕੀ ਕੰਮ ਹੈ ਤੇ ਉਹ ਕਹਿੰਦੇ ਜੀ ਅੰਦਰ 2 ਬੋਡੀ ਲਾਸ਼ ਪਈ ਆ ਮੈਨੂੰ ਜੋ ਉਹਨਾਂ ਨੇ ਦੱਸਿਆ ਵੀ ਸੁੰਡਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਕਿਹਾ ਵੀ ਕੌਣ ਆਇਆ ਵਾ ਕਹਿੰਦੇ ਜੀ ਇੱਦਾਂ ਇੱਦਾਂ ਮੈਂ ਸ਼ੋਕ ਆਇਆ ਵਾ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੇ 1 ਮਿੰਟ ਮੈਂ ਗੱਡੀ ਬਾਹਰ ਕੱਢ ਲਵਾਂ ਫਿਰ ਤੁਹਾਡੇ ਨਾਲ ਗੱਲ ਕਰਦਾ ਤੇ ਉਹ ਗੱਡੀ ਭਜਾ ਕੇ ਲੈ ਗਏ ਬਾਹਰ ਤੇ ਉਹਨਾਂ ਨੇ ਅੰਦਰ ਝਾਤੀ ਮਾਰੀ ਜਾਲੀ ਵਾਲੇ ਦਰਵਾਜ਼ੇ 'ਚੋਂ ਤੇ ਬੋਡੀ ਸਾਹਮਣੇ ਨਜ਼ਰ ਆ ਰਹੀ ਸੀਗੀ ਹੱਤਿਆ ਕੁਲਹਾੜੀ ਪਈ ਸੀ ਜੀ ਘਰ 'ਚ ਖੂਨ ਹੀ ਖੂਨ ਸੀ ਸਾਰਾ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ ਗੱਲਬਾਤ ਕਰ ਲੈਂਦੇ ਹਾਂ ADCP ਸਮੀਰ ਵਰਮਾ ਜੀ ਨਾਲ ਵਰਮਾ ਜੀ ਕੀ ਹੋਇਆ ਮਰਡਰ ਹੋਇਆ ਕਿਤੇ ਮੇਨ ਇੱਥੇ ਮੈਂਬਰ ਨੇ ਰਾਜੀਵ ਸੁੰਡਾ ਦਾ ਘਰ ਅਤੇ ਉਹਨਾਂ ਦੀ ਵਾਈਫ ਦੀ ਉਹਨਾਂ ਦੇ ਬੇਟੇ ਦੀ ਨੂੰਹ ਦੇ ਕੇ ਪੋਤੇ ਦੀ ਜਿਹੜੀ ਬੋਡੀ ਸਾਨੂੰ ਮੌਕੇ 'ਤੇ ਮਿਲੀਆਂ ਨੇ ਕੁਲਾੜੀ ਹੈ ਅਤੇ ਇੱਕ ਚਾਕੂ ਉਹ ਵੀ ਮੌਕੇ ਤੋਂ ਬਰਾਮਦ ਕਰ ਲਏ ਗਏ ਨੇ ਬੋਡੀਜ਼ ਨੂੰ ਸ਼ਿਫਟ ਕਰਾ ਦਿੱਤਾ ਸਿਵਲ ਹਸਪੀਟਲ ਪੋਸਟਮਾਰਟਮ ਦੀ ਅਤੇ ਅਸੀਂ ਕੇਸ ਰਜਿਸਟਰ ਕਰਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਮੇਨ ਰਾਜੀਵ ਸੁੰਡਾ ਸੀ ਉਹ ਘਰੋਂ ਮਿਸਿੰਗ ਨੇ ਵਾਰਦਾਤ 'ਤੇ ਵੀ ਕੁੜਮ ਮੌਜੂਦ ਸੀਗੇ ਕਿ ਇਹ ਗੱਡੀ ਲੈ ਕੇ ਇੱਥੋਂ ਭੱਜੇ ਨੇ ਗੱਡੀ ਵੀ ਸਾਨੂੰ ਅੱਗੇ ਹੰਬੜਾ ਰੋਡ 'ਤੇ ਮਿਲੀ ਹੈ ਜਿਹੜੀ ਨੂੰ ਅੱਗ ਲੱਗੀ ਹੋਈ ਹੈ ਮਰਡਰ ਦਾ ਕਾਰਨ ਕੀ ਹੋ ਸਕਦਾ ਮਰਡਰ ਦਾ ਕਾਰਨ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਜੀ ਕੇਸ ਰਜਿਸਟਰ ਕਰਕੇ ਅਸੀਂ ਉਹਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਸੀਗੇ ਸਮੀਰ ਵਰਮਾ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਜੀਵ ਸੁੰਡਾ ਜਿਹੜੇ ਇੱਥੋਂ ਭੱਜੇ ਸੀ ਉਹਨਾਂ ਦੀ ਗੱਡੀ ਬਰਾਮਦ ਕਰ ਲਈ ਗਈ ਹੈ ਚਾਰਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਉਹ ਸਿਵਲ ਹਸਪੀਟਲ ਰਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਊਗੀ ਕੈਮਰਾ ਪਰਸਨ ਮਨੀ ਦੇ ਨਾਲ ਦਿਲਬਾਗ ਦਾਨਿਸ਼